ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ TST07 ਵਲੌਗ ਦੇ ਵਿੱਚ। ਦੋਸਤੋ, ਅੱਜ ਦਾ ਵਲੌਗ ਇੱਕ ਸ਼ਾਰਟ ਵਲੌਗ ਆ, ਬਿਲਕੁਲ ਛੋਟਾ ਜਿਹਾ। ਹੋਪ ਆ ਤੁਸੀਂ ਸਾਰੇ ਇਹਨੂੰ ਲਾਈਕ ਕਰੋਗੇ, ਔਰ ਕਮੈਂਟਸ ਦੇ ਵਿੱਚ ਪਲੀਜ਼ ਦੱਸਣਾ ਕਿ ਇਹ ਵਲੌਗ ਕਿੱਦਾਂ ਦਾ ਬਣਿਆ। ਦੋਸਤੋ, ਅੱਜ ਅਸੀਂ ਇੱਕ ਵਾਰ ਫਿਰ ਤਲਵਾੜੇ ਏਰੀਏ ਦੇ ਵਿੱਚ ਪਹੁੰਚੇ ਹਾਂ, ਜਿੱਥੇ ਤੁਹਾਨੂੰ ਰੂਬਰੂ ਕਰਾਵਾਂਗੇ ਇੱਕ ਐਸੀ ਪਲੇਸ ਦੇ ਨਾਲ ਜਿੱਥੇ ਤੁਸੀਂ ਆਪਣੀਆਂ ਗਰਮੀਆਂ ਅਗਰ ਚਾਹੋ ਤਾਂ ਆਪਣੀ ਫੈਮਿਲੀ ਦੇ ਨਾਲ ਮਨਾ ਸਕਦੇ ਹੋ, ਕਿਉਂਕਿ ਬਹੁਤ ਸਾਰੇ ਲੋਕ ਜਲੰਧਰ ਜਾਂ ਹੁਸ਼ਿਆਰਪੁਰ ਜਾਂ ਹੋਰ ਦੂਰ ਦੂਰ ਜਾਂਦੇ ਆ। ਬਟ ਮੈਂ ਅਗਰ ਤੁਹਾਨੂੰ ਜਿਹੜੀ ਜਗ੍ਹਾ ਨਾਲ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜੀ, AK ਫਾਰਮ ਐਂਡ ਸਵਿਮਿੰਗ ਪੂਲ, ਤਲਵਾੜਾ 52 ਗੇੜ ਰੋਡ ਦੇ ਉੱਤੇ ਰਾਈਟ ਹੈਂਡ ਸਾਈਡ ਇੱਕ ਨਿਊ ਪਲੇਸ, ਇੱਕ ਨਿਊ ਪੂਲ ਬਣਿਆ ਹੋਇਆ, ਜਿਹਦੀ ਸਫਾਈ, ਜਿਹਦੀ ਸ਼ਾਂਤੀ, ਜਿਹਦੀ ਪੀਸਫੁਲ ਸਾਨੂੰ ਖਿੱਚ ਕੇ ਲੈ ਗਈ ਆਪਣੀ ਤਰਫ, ਔਰ ਵਲੌਗ ਬਣਾਉਣ ਲਈ ਅਸੀਂ ਮਜਬੂਰ ਹੋ ਗਏ। ਇੰਨੀ ਖੂਬਸੂਰਤ ਜਗ੍ਹਾ ਜਿਹਦੇ ਵਿੱਚ ਤੁਸੀਂ ਆਪਣੀ ਪੂਰੀ ਫੈਮਿਲੀ ਦੇ ਨਾਲ ਬੈਠ ਸਕਦੇ ਹੋ, ਖਾ ਸਕਦੇ ਹੋ, ਕੁਛ ਵੀ ਪੀਣਾ ਚਾਹੋ ਪੀ ਸਕਦੇ ਹੋ, ਵਾਸ਼ਰੂਮ ਦਾ ਔਰ ਸ਼ੋਵਰ, ਫਿਸ਼ ਸਪਾ ਵਗੈਰਾ ਸਾਰਾ ਕੁਛ ਇੱਥੇ ਅਵੇਲੇਬਲ ਆ। ਪਾਣੀ ਦੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ, ਬਿਲਕੁਲ ਕਲੀਨ ਵਾਟਰ ਡੇਲੀ ਚੇਂਜ ਕਰਦੇ ਆ। 3.5 ਫੁੱਟ ਇਹਦੀ ਡੈਪਥ ਹੋਊਗੀ ਔਰ 6 ਮੀਟਰ ਇਹ ਆਈ ਥਿੰਕ ਲੰਬਾਈ ਦੇ ਵਿੱਚ ਆ। ਇਹ ਜੈਂਟਸ ਔਰ ਲੇਡੀਜ਼ ਟੋਇਲਟਸ ਵਗੈਰਾ ਹੈਗੇ ਆ। ਆਹ ਸ਼ਾਵਰ ਹੈਗਾ ਜੀ ਓਪਨ ਦੇ ਵਿੱਚ। ਨੈਕਸਟ ਤੁਸੀਂ ਦੋਸਤੋ ਇੱਥੇ ਮਿਊਜ਼ਿਕ ਆਲਵੇਜ਼ ਲੱਗਾ ਹੁੰਦਾ, ਆਵਾਜ਼ ਤੁਸੀਂ ਗਾਣੇ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ। ਲੋਕਰ ਫੈਸਿਲਿਟੀ ਤੁਹਾਨੂੰ ਇਹਦੇ ਵਿੱਚ ਮਿਲਦੀ ਹੈ ਅਗਰ ਤੁਸੀਂ ਕੀਮਤੀ ਸਮਾਨ ਲੈ ਕੇ ਆਉਂਦੇ ਹੋ। ਸਭ ਤੋਂ ਵਧੀਆ ਚੀਜ਼ ਹੈ ਇਹਦੇ ਵਿੱਚ ਤੁਸੀਂ ਫਿਸ਼ ਸਪਾ ਆਪਣਾ ਲੈ ਸਕਦੇ ਹੋ, ਛੋਟੀਆਂ ਛੋਟੀਆਂ ਫਿਸ਼ ਆ। ਇਹ ਹੈਗਾ ਜੀ ਤੁਹਾਡਾ ਈਟਿੰਗ ਹੱਬ, ਔਰ ਇੱਥੇ ਤੁਹਾਨੂੰ ਮਿਲਣਗੇ ਵਿਨਾਇਕ ਸ਼ਰਮਾ ਜੀ, ਇੱਥੋਂ ਦੇ ਓਨਰ ਵੀ ਆ, ਔਰ ਬਹੁਤ ਅੱਛੀ ਗ੍ਰੇਟ ਪਰਸਨੈਲਿਟੀ, ਬਹੁਤ ਸੋਹਣਾ ਡੀਲ ਕਰਦੇ ਆ। ਅਗਰ ਤੁਸੀਂ TST07 ਵਲੌਗ ਵੱਲੋਂ ਜਾਓਗੇ ਤਾਂ ਤੁਹਾਨੂੰ ਕੁਛ ਡਿਸਕਾਊਂਟ ਵੀ ਜ਼ਰੂਰ ਕਰ ਦੇਣਗੇ। ਬਾਕੀ ਦੋਸਤੋ ਤੁਸੀਂ ਪਲੇਸ ਦੇਖੋ, ਇੰਨਾ ਖੂਬਸੂਰਤ ਵੈਦਰ ਔਰ ਇੰਨਾ ਸਾਫ਼ ਸੁਥਰਾ ਮਾਹੌਲ। ਅਸੀਂ ਵੀ ਇੱਥੇ ਬੈਠੇ, ਕੁਛ ਖਾਧਾ ਪੀਤਾ, ਸਨੈਕਸ ਔਰ ਕੋਲਡ ਡਰਿੰਕ ਪੀਤੀ, ਤੁਸੀਂ ਦੇਖ ਸਕਦੇ ਹੋ। ਮੇਰੇ ਫਰੈਂਡਸ ਨੇ ਮੇਰੇ ਨਾਲ ਕੁਛ ਸ਼ਰਾਰਤਾਂ ਕੀਤੀਆਂ, ਔਰ ਹੁਣ ਤੁਹਾਨੂੰ ਥੋੜ੍ਹਾ ਜਿਹਾ ਦਿਖਾਉਂਦੇ ਹਾਂ। ਜੋ ਇੱਥੇ ਪਰਸਨ ਨਹਾ ਰਹੇ ਸੀਗੇ, ਪਹਿਲਾਂ ਤਾਂ ਉਹ ਸੰਗ ਰਹੇ ਸੀਗੇ ਵੀ ਅਸੀਂ ਨਹੀਂ ਨਹਾਉਣਾ, ਬਟ ਬਾਅਦ ਵਿੱਚ ਹੌਲੀ ਹੌਲੀ ਤੁਹਾਨੂੰ ਪਤਾ ਫਿਰ ਪਾਣੀ ਦੇ ਵਿੱਚ ਕਿਹਦੇ ਕੋਲ ਰਹਿ ਹੁੰਦਾ। ਤਾਂ ਦੋਸਤੋ ਅਸੀਂ ਆਪਣੀਆਂ ਸਾਰੀਆਂ ਛੁੱਟੀਆਂ ਇੱਥੇ ਬਿਤਾ ਰਹੇ ਹਾਂ। ਤਲਵਾੜੇ ਦੇ ਵਿੱਚ ਇੱਕ ਹੋਰ ਵਲੌਗ ਅਸੀਂ ਬਣਾਉਣ ਜਾ ਰਹੇ ਹਾਂ, ਇੱਕ ਹੋਰ ਪੂਲ ਹੈਗਾ ਆ। ਬਟ ਇਸ ਫਾਰਮ ਦੀ ਖੂਬਸੂਰਤੀ ਆ ਕਿ ਇੱਥੇ ਅਗਰ ਤੁਸੀਂ 18 ਸਾਲ ਤੋਂ ਉੱਪਰ ਹੋ ਤਾਂ ਫੀਸ ਜਿਹੜੀ ਆ 200 ਰੁਪਏ ਆ, ਅਗਰ 18 ਸਾਲ ਤੋਂ ਘੱਟ ਹੋ ਤਾਂ 150 ਆ। ਐਂਟਰੀ ਬਿਲਕੁਲ ਨਹੀਂ ਹੈਗੀ। ਅਗਰ ਤੁਸੀਂ ਵੈਸੇ ਕੁਛ ਖਾਣਾ ਜਾਂ ਪੀਣਾ ਆ ਜਾਂ ਵੈਸੇ ਫੋਟੋਆਂ ਵਗੈਰਾ ਖਿਚਵਾਉਣੀਆਂ, ਫਿਰ 10 ਰੁਪਏ ਐਂਟਰੀ ਆ। ਜੋ ਮੈਨੂੰ ਸਭ ਤੋਂ ਵਧੀਆ ਚੀਜ਼, ਵੈਰੀ ਚੀਪ ਪ੍ਰਾਈਸ ਦੇ ਵਿੱਚ ਬਹੁਤ ਅੱਛੀ ਪਲੇਸ ਸਾਨੂੰ ਖਾਣ ਪੀਣ ਨੂੰ ਔਰ ਘੁੰਮਣ ਨੂੰ ਮਿਲਦੀ ਪਈ ਆ। ਤੁਸੀਂ ਜਦ ਵੀ ਕਦੀ ਤਲਵਾੜੇ ਵਿਜ਼ਿਟ ਕਰੋ, ਬਿਲਕੁਲ ਭੀੜ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਪਣਾ ਇੰਜੋਏ ਕਰਨਾ ਕਰੋ। ਬਹੁਤ ਹੀ ਅੱਛੇ ਇਹਦੇ ਓਨਰ ਹੈਗੇ ਆ, ਵਿਨਾਇਕ ਸ਼ਰਮਾ ਜੀ। ਬਾਕੀ TST07 ਵਲੌਗ ਨੂੰ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਆ। ਦੋਸਤੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਅਸੀਂ ਕੋਈ ਵੀ ਇਨਫੋਰਮੇਸ਼ਨ ਪਾਈਏ, ਕੋਈ ਵੀ ਨਵਾਂ ਵਲੌਗ ਪਾਈਏ ਤਾਂ ਉਹ ਤੁਹਾਡੇ ਤੱਕ ਜਲਦੀ ਪਹੁੰਚ ਸਕੇ। AK ਫਾਰਮ ਐਂਡ ਸਵਿਮਿੰਗ ਪੂਲ, ਇਹਦੇ ਨੰਬਰ ਅਗਰ ਤੁਸੀਂ ਚਾਹੋ ਤਾਂ ਮੈਨੂੰ ਦੱਸ ਦਿਓ, ਨੰਬਰ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ। ਬਾਕੀ ਥੈਂਕ ਯੂ ਵੈਰੀ ਮੱਚ ਦੋਸਤੋ, ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਨਾਲ। ਥੈਂਕ ਯੂ।